ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਰਾਜਨੀਤੀ ਸ਼ਾਸਤਰ ਦੀ ਇਸ ਕਲਾਸ ਦੇ ਵਿੱਚ। ਅੱਜ ਅਸੀਂ BA ਭਾਗ ਪਹਿਲਾ ਦੇ ਸਮੈਸਟਰ ਦੂਸਰਾ ਦਾ ਜਿਹੜਾ ਟੌਪਿਕ ਹੈ ਅਧਿਕਾਰ ਅਤੇ ਕਰਤੱਵ ਕਰਾਂਗੇ, ਜਿਹਦੇ ਵਿੱਚ ਬੱਚੋਂ ਆਪਾਂ ਅਧਿਕਾਰ ਬਾਰੇ ਪਹਿਲਾਂ ਜਾਣਕਾਰੀ ਹਾਸਲ ਕਰ ਚੁੱਕੇ ਹਾਂ, ਉਸ ਦੀਆਂ ਵਿਸ਼ੇਸ਼ਤਾਵਾਂ ਅਤੇ ਉਸ ਦੀਆਂ ਕਿਸਮਾਂ ਵੀ ਅਸੀਂ ਕਰ ਚੁੱਕੇ ਹਾਂਗੇ। ਅਧਿਕਾਰ ਵਿਅਕਤੀ ਦੀਆਂ ਉਹ ਮੰਗਾਂ ਹੁੰਦੀਆਂ ਹੈਗੀਆਂ ਜਿਹੜੀਆਂ ਉਸਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੈ ਅਤੇ ਜਿਹੜੀਆਂ ਸਮਾਜ ਦੁਆਰਾ ਪ੍ਰਵਾਨਿਤ ਕੀਤੀਆਂ ਜਾਂਦੀਆਂ ਅਤੇ ਰਾਜ ਦੁਆਰਾ ਜਿਹੜੀਆਂ ਲਾਗੂ ਕੀਤੀਆਂ ਜਾਂਦੀਆਂ ਹੈਗੀਆਂ, ਹੈ ਨਾ। ਜਦੋਂ ਆਪਾਂ ਮੰਗਾਂ ਕਰਦੇ ਹਾਂ ਤਾਂ ਉਸ ਦੇ ਨਾਲ ਰਾਜ ਤੋਂ ਆਪਣੀਆਂ ਕੁਛ ਜ਼ਿੰਮੇਵਾਰੀਆਂ ਵੀ ਹੋ ਜਾਂਦੀਆਂ, ਉਸ ਜ਼ਿੰਮੇਵਾਰੀਆਂ ਨੂੰ ਆਪਾਂ ਜਿਹੜਾ ਕਰਤੱਵ ਦਾ ਨਾਮ ਦਿੰਦੇ ਹਾਂਗੇ। ਹੁਣ ਅਸੀਂ ਕਰਤੱਵ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਕਰਤੱਵ ਦਾ ਅਰਥ, ਕਰਤੱਵ ਜਿਹੜਾ ਇਸ ਨੂੰ ਇੰਗਲਿਸ਼ ਵਿੱਚ ਡਿਊਟੀ ਆਖਿਆ ਜਾਂਦਾ, ਜੋ ਅੰਗਰੇਜ਼ੀ ਭਾਸ਼ਾ ਦੇ ਹੀ ਸ਼ਬਦ ਕਹਿੰਦਾ ਡੇਟ ਤੋਂ ਲਿਆ ਗਿਆ, ਜਿਸ ਦਾ ਅਰਥ ਹੈ ਰਿਣ। ਜਿਸ ਤਰ੍ਹਾਂ ਅਸੀਂ ਕੋਈ ਕਰਜ਼ਾ ਜਾਂ ਰਿਣ ਦੇਣ ਲਈ ਪਾਬੰਦ ਹੁੰਦੇ ਹਾਂ, ਬਿਲਕੁਲ ਉਸੇ ਤਰ੍ਹਾਂ ਮਤਲਬ ਕਰਤੱਵਾਂ ਦੀ ਪਾਲਣਾ ਲਈ ਵੀ ਇੱਕ ਵਿਅਕਤੀ ਜਿਹੜਾ ਪਾਬੰਦ ਹੁੰਦਾ ਹੈਗਾ, ਠੀਕ ਹੈ ਜੀ। ਆਪਾਂ ਕਿ ਇਸ ਦੇ ਵਿੱਚ ਜਿਹੜਾ ਕੋਈ ਵੀ ਸਧਾਰਨ ਬੋਲਚਾਲ 'ਚ ਇਹਦਾ ਅਰਥ ਕੀ ਹੈਗਾ, ਕਿਸੇ ਕੰਮ ਨੂੰ ਕਰਨਾ ਜਾਂ ਨਾ ਕਰਨਾ ਉਸਦੀ ਆਪਦੀ ਇੱਛਾ ਨਹੀਂ ਹੁੰਦੀ, ਸਗੋਂ ਉਸਨੂੰ ਉਹ ਕੰਮ ਕਰਨਾ ਹੀ ਪੈਂਦਾ ਹੈ, ਠੀਕ ਹੈ ਜੀ। ਸਮਾਜ ਅਤੇ ਰਾਜ ਵਿਅਕਤੀ ਕੋਲੋਂ ਕੁਝ ਕੰਮ ਕਰਨ ਜਾਂ ਨਾ ਕਰਨ ਦੀ ਮੰਗ ਕਰਦਾ ਹੈ, ਇਸ ਨੂੰ ਆਪਾਂ ਕੀ ਕਹਿੰਦੇ ਹਾਂ ਜੀ, ਕਰਤੱਵ ਕਹਿੰਦੇ ਹਾਂਗੇ। ਸਮਾਜ ਪ੍ਰਤੀ, ਰਾਜ ਪ੍ਰਤੀ ਉਸ ਦੀਆਂ ਕੁਛ ਜ਼ਿੰਮੇਵਾਰੀਆਂ ਹੁੰਦੀਆਂ ਗੀਆਂ, ਉਹ ਸਾਰੇ ਨੂੰ ਅਸੀਂ ਜੀ ਕਰਤੱਵ ਕਹਿੰਦੇ ਹਾਂਗੇ, ਠੀਕ ਹੈ ਜੀ। ਇਸ ਤਰ੍ਹਾਂ ਇਹ ਕਰਤੱਵ ਦਾ ਅਰਥ ਅਸੀਂ ਕਰ ਚੁੱਕੇ ਹਾਂ। ਅੱਗੇ ਆਪਾਂ ਜਿਹੜੀਆਂ ਕਰਤੱਵ ਦੀਆਂ ਕਿਸਮਾਂ ਕਰਾਂਗੇ, ਕਰਤੱਵ ਨੂੰ ਅਸੀਂ 3 ਭਾਗਾਂ ਦੇ ਵਿੱਚ ਇੱਥੇ ਦਾ ਵਰਗੀਕਰਨ ਕਰਾਂਗੇ। ਪਹਿਲੇ ਦੇ ਵਿੱਚ ਨੈਤਿਕ ਕਰਤੱਵ, ਦੂਸਰਾ ਆਪਣਾ ਆਜੂਗਾ ਜੀ ਕਾਨੂੰਨੀ ਕਰਤੱਵ, ਤੀਸਰਾ ਆਜੂਗਾ ਮੌਲਿਕ ਕਰਤੱਵ, ਠੀਕ ਹੈ। ਸਭ ਤੋਂ ਪਹਿਲਾਂ ਨਾ ਨੈਤਿਕ ਕਰਤੱਵ ਕਿਹੜੇ ਹੁੰਦੇ ਹੈਗੇ, ਦੇਖੋ ਜੀ, ਨੈਤਿਕ ਕਰਤੱਵ ਦੇ ਵਿੱਚ ਕੋਈ ਵੀ ਕਾਨੂੰਨ ਤੁਹਾਡੇ ਤੋਂ ਧੱਕੇ ਨਾਲ ਉਸਦੀ ਪਾਲਣਾ ਨਹੀਂ ਕਰਵਾ ਸਕਦਾ। ਜੇ ਤੁਸੀਂ ਉਸਦੀ ਪਾਲਣਾ ਨਹੀਂ ਕਰਦੇ, ਤੁਹਾਨੂੰ ਕੋਈ ਸਜ਼ਾ ਨਹੀਂ ਮਿਲੇਗੀ। ਪਰ ਇੱਕ ਸਮਾਜ ਦੇ ਵਿਕਾਸ ਲਈ ਅਤੇ ਵਿਅਕਤੀ ਦੇ ਖੁਦ ਲਈ ਜੇ ਆਪਾਂ ਇਹਨਾਂ ਦੀ ਪਾਲਣਾ ਕਰਦੇ ਹਾਂ, ਇਹ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਤਾਂ ਉਹ ਚੰਗੀ ਹੁੰਦੀ ਹੈ ਕਿਤੇ ਨਾ ਕਿਤੇ। ਇਸ ਤਰ੍ਹਾਂ ਮਤਲਬ ਜਿਹੜੀਆਂ ਨੈਤਿਕ ਕਰਤੱਵ ਹੈ, ਸਮਾਜ ਦੀਆਂ ਨੈਤਿਕ ਮਾਨਤਾਵਾਂ ਹੈਗੀਆਂ, ਜਿਨ੍ਹਾਂ ਦੀ ਪਾਲਣਾ ਕਰਨ ਨਾਲ ਵਿਅਕਤੀ ਨੂੰ ਅਤੇ ਸਮਾਜ ਦੋਹਾਂ ਨੂੰ ਲਾਭ ਹੁੰਦਾ ਹੈਗਾ, ਠੀਕ ਹੈ। ਜਿਹੜਾ ਨੈਤਿਕ ਕਰਤੱਵ ਆ, ਅੱਗੇ ਇਸ ਨੂੰ ਆਪਾਂ 4 ਭਾਗਾਂ ਦੇ ਵਿੱਚ ਵੰਡਾਂਗੇ। ਦੇਖੋ ਜੀ, ਸਭ ਤੋਂ ਪਹਿਲਾਂ ਨੈਤਿਕ ਕਰਤੱਵ ਦੇ ਵਿੱਚ ਜੇ ਵਿਅਕਤੀ ਆਪਦਾ ਆਪਦੀ ਮਤਲਬ ਨੈਤਿਕ ਤੌਰ 'ਤੇ ਕੁਛ ਗੱਲਾਂ ਦਾ ਉਹਨੂੰ ਫੋਲੋ ਕਰੂਗਾ, ਕੁਛ ਕਰਤੱਵਾਂ ਦੀ ਪਾਲਣਾ ਕਰੂਗਾ, ਉਸ ਤੋਂ ਬਾਅਦ ਹੀ ਉਹ ਮਤਲਬ ਆਪਦੇ ਪਰਿਵਾਰ ਵਾਸਤੇ, ਫਿਰ ਉਸ ਤੋਂ ਬਾਅਦ ਸਮਾਜ ਵਾਸਤੇ, ਅਤੇ ਉਸ ਤੋਂ ਬਾਅਦ ਸਮੁੱਚੀ ਮਨੁੱਖਤਾ ਵਾਸਤੇ ਇੱਕ ਮਤਲਬ ਸਮਾਜ ਭਲਾਈ ਦਾ ਕੰਮ ਕਰ ਸਕਦਾ ਹੈਗਾ, ਹੈ ਨਾ। ਸਭ ਤੋਂ ਪਹਿਲਾਂ ਆਪਾਂ ਨੈਤਿਕ ਕਰਤੱਵ ਦੇ ਵਿੱਚ ਜਿਹੜਾ ਕਰਾਂਗੇ ਜੀ, ਉਹ ਹੈਗਾ ਗਾ ਆਪਣੇ ਨਾਗਰਿਕ ਦੇ ਆਪਣੇ ਪ੍ਰਤੀ ਜਿਹੜੇ ਨੈਤਿਕ ਕਰਤੱਵ ਨੇਗੇ ਉਹ ਕਿਹੜੇ ਕਿਹੜੇ ਨੇ। ਸਭ ਤੋਂ ਪਹਿਲਾਂ ਤਾਂ ਚਰਿੱਤਰ ਨਿਰਮਾਣ, ਜੇ ਸਾਡਾ ਖੁਦ ਦਾ ਕਰੈਕਟਰ ਵਧੀਆ ਹੋਊਗਾ ਤਾਂ ਅਸੀਂ ਦੂਸਰਿਆਂ ਲਈ ਵੀ ਇੱਕ ਪ੍ਰੇਰਨਾ ਦਾ ਸਰੋਤ ਬਣ ਸਕਦੇ ਹਾਂ। ਦੂਸਰੇ ਨੰਬਰ 'ਤੇ ਇਸ ਦੇ ਵਿੱਚ ਆਪਾਂ ਇਮਾਨਦਾਰੀ ਨੂੰ ਜੀ ਜਿਹੜਾ ਸ਼ਾਮਿਲ ਕਰਾਂਗੇ, ਇਮਾਨਦਾਰੀ ਦੇ ਨਾਲ ਹੀ ਆਪਾਂ ਇੱਕ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਕਰ ਸਕਦੇ ਹਾਂ, ਇਹ ਸਾਨੂੰ ਪਤਾ ਹੈਗਾ। ਤੀਸਰਾ ਹੈਗਾ ਸਿੱਖਿਆ ਹਾਸਲ ਕਰਨੀ, ਕੋਈ ਵੀ ਮਨੁੱਖ ਉਸ ਤਰ੍ਹਾਂ ਆਪਣੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਸਿੱਖਿਆ ਤੋਂ ਬਿਨਾਂ ਜਿਹੜਾ ਮਨੁੱਖ ਹੈਗਾ ਪਸ਼ੂ ਸਮਾਨ ਹੈਗਾ, ਜਿੰਨਾ ਚਿਰ ਉਹ ਸਿੱਖਿਅਤ ਨੀਗਾ ਤਾਂ ਉਸਦੀ ਮਤਲਬ ਸਮਾਜ ਦੇ ਵਿੱਚ ਚੰਗੀ ਤਰ੍ਹਾਂ ਵਿਚਰ ਨਹੀਂ ਸਕਦਾ। ਅਗਲੀ ਜ਼ਿੰਮੇਵਾਰੀ, ਅਗਲਾ ਕਰਤੱਵ ਹੈਗਾ ਜਿਹੜਾ ਆਪਣੀ ਚੰਗੀ ਸਿੱਖਿਆ ਹਾਸਲ ਕਰਨੀ ਹੈਗੀ, ਠੀਕ ਹੈ। ਤੀਸਰਾ ਆਪਣਾ ਆ ਜਾਂਦਾ ਹੈਗਾ ਜੀ ਸਾਦਾ ਜੀਵਨ ਅਤੇ ਉੱਚੇ ਵਿਚਾਰ, ਆਪਣੀ ਗੁਰਬਾਣੀ ਦੇ ਵਿੱਚ ਵੀ ਮਨ ਨੀਵਾਂ ਮਤ ਉੱਚੇ ਦੀ ਗੱਲ ਕੀਤੀ ਗਈ ਹੈ। ਇਸ ਤਰ੍ਹਾਂ ਸਾਨੂੰ ਇੱਕ ਸਾਦਾ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ ਹੈਗਾ, ਠੀਕ ਹੈ। ਲਾਸਟ ਦੇ ਵਿੱਚ ਆਪਾਂ ਇੱਥੇ ਚੰਗੀ ਸਿਹਤ ਜਿਹੜੀ ਕਰਾਂਗੇ, ਕਿਉਂਕਿ ਆਪਾਂ ਇੱਕ ਅਕਸਰ ਹੀ ਸੁਣਦੇ ਹਾਂ ਕਿ ਚੰਗੇ ਸਰੀਰ ਦੇ ਵਿੱਚ ਚੰਗਾ ਦਿਮਾਗ ਜਿਹੜਾ ਨਿਵਾਸ ਕਰਦਾ ਹੈਗਾ। ਜੇ ਸਾਡੀ ਸਿਹਤ ਚੰਗੀ ਹੋਊਗੀ, ਉਸ ਦੇ ਨਾਲ ਹੀ ਸਾਡੇ ਮਨ ਦੇ ਵਿੱਚ ਚੰਗੇ ਵਿਚਾਰ ਆਉਣਗੇ, ਅਸੀਂ ਆਪਣੀ ਅਤੇ ਆਪਦੇ ਸਮਾਜ ਵਾਸਤੇ ਕੁਛ ਚੰਗੇ ਕਾਰਜ ਕਰ ਸਕਦੇ ਹਾਂ। ਇਹ ਸੀਗੇ ਜੀ ਆਪਣੇ ਜਿਹੜਾ ਨਾਗਰਿਕ ਹੈ ਉਹਦੇ ਆਪਣੇ ਪ੍ਰਤੀ ਕਰਤੱਵ। ਅਗਲਾ ਆਪਾਂ ਕਰਾਂਗੇ ਜਿਹੜਾ ਇੱਕ ਨਾਗਰਿਕ ਹੈ ਉਹਦੇ ਪਰਿਵਾਰ ਪ੍ਰਤੀ ਕੀ ਕਰਤੱਵ ਹੈ। ਜਦੋਂ ਤੁਸੀਂ ਇੱਕ ਪਰਿਵਾਰ ਦੇ ਵਿੱਚ ਜਨਮ ਲੈਂਦੇ ਹੋ, ਇੱਕ ਬੱਚੇ ਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੋ ਜਾਂਦਾ ਹੈਗਾ ਕਿ ਆਪ ਤੋਂ ਵੱਡਿਆਂ ਦੀ ਆਗਿਆ ਦਾ ਪਾਲਣ ਕਰੋ, ਹੈ ਨਾ। ਆਪਣੇ ਜਦੋਂ ਬੁੱਢੇ ਮਾਂ ਬਾਪ ਹੈ ਉਹਨਾਂ ਦੀ ਦੇਖਭਾਲ ਕਰੋ। ਆਪਣੇ ਦੇਸ਼ ਦੇ ਵਿੱਚ ਕਾਨੂੰਨੀ ਕਾਨੂੰਨ ਨਹੀਂ ਬਣਾਇਆ ਗਿਆ, ਪਰ ਜਿਹੜਾ ਚੀਨ ਦੇ ਵਿੱਚ ਇਹ ਕਾਨੂੰਨੀ ਰੂਪ ਜਿਹੜਾ ਦਿੱਤਾ ਗਿਆ ਇਸ ਕਰਤੱਵ ਨੂੰ, ਕਿ ਮਤਲਬ ਆਪਣੇ ਬੁੱਢੇ ਮਾਂ ਬਾਪ ਦੀ ਦੇਖਭਾਲ ਕਰਨੀ ਉੱਥੇ ਜ਼ਰੂਰੀ ਹੈਗਾ, ਠੀਕ ਹੈ। ਤੀਸਰੇ ਨੰਬਰ 'ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ, ਤਾਂ ਜੋ ਤੁਹਾਡੇ ਤੋਂ ਮਤਲਬ ਉਤਸੁਕ ਹੋ ਕੇ ਜਾਂ ਤੁਹਾਨੂੰ ਇੱਕ ਰੋਲ ਮਾਡਲ ਦੇ ਤੌਰ 'ਤੇ ਲੈ ਕੇ ਕੋਈ ਹੋਰ ਵੀ ਚੰਗਾ ਕੰਮ ਕਰਨ ਲਈ ਪ੍ਰੇਰਿਤ ਹੋਵੇ, ਠੀਕ ਹੈ ਜੀ। ਉਸ ਤੋਂ ਬਾਅਦ ਮਤਲਬ ਪਰਿਵਾਰ ਦੇ ਵਿੱਚ ਅਗਲਾ ਤੁਹਾਡਾ ਗ੍ਰਹਿਸਥੀ ਜੀਵਨ ਆ ਜਾਂਦਾ ਕਿ ਜਿਸ ਦੇ ਵਿੱਚ ਸੰਤਾਨ ਪੈਦਾ ਕਰਨੀ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦਾ ਜਿਹੜਾ ਤੁਹਾਡਾ ਕਰਤੱਵ ਨੂੰ ਸ਼ਾਮਿਲ ਕੀਤਾ ਜਾਂਦਾ।
ਕਹਿੰਦਾ ਹਾਲਾਂਕਿ ਇਹ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਮੁੱਢਲੇ ਕਰਤੱਵ ਹੈਗੇ ਉਹਦੇ ਵਿੱਚ ਵੀ ਇਹ ਆਪਣਾ 11ਵਾਂ ਕਰਤੱਵ ਮਾਂ ਪਿਓ ਦਾ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰੇ। ਠੀਕ ਹੈ ਜੀ, ਇਹ ਆਪਣਾ ਦੂਸਰਾ ਜਿਹੜਾ ਪਰਿਵਾਰ ਪ੍ਰਤੀ ਨੈਤਿਕ ਕਰਤੱਵ ਹੋ ਚੁੱਕਿਆ ਹੈਗਾ। ਅਗਲਾ ਆਪਣਾ ਹੈਗਾ ਜੀ ਸਮਾਜ ਪ੍ਰਤੀ ਨੈਤਿਕ ਕਰਤੱਵ, ਸਮਾਜ ਦੇ ਵਿੱਚ ਰਹਿੰਦੇ ਹੋਏ ਸਾਡੇ ਕੀ ਕਰਤੱਵ ਨੇ ਉਹਨਾਂ ਦੀ ਆਪਾਂ ਅੱਗੇ ਜਿਹੜੀ ਵਿਆਖਿਆ ਕਰਾਂਗੇ। ਸਭ ਤੋਂ ਪਹਿਲਾਂ ਹੈ ਸਮਾਜ ਸੇਵਾ ਦੀ ਆਪਣੇ ਅੰਦਰ ਭਾਵਨਾ ਹੋਣੀ ਚਾਹੀਦੀ ਹੈਗੀ। ਮੁਸ਼ਕਲ ਸਮੇਂ ਕੋਈ ਵੀ ਕਿਸੇ 'ਤੇ ਵੀ ਮੁਸ਼ਕਲ ਆ ਸਕਦੀ, ਉਸ ਦੀ ਮਦਦ ਕਰਨ ਦੀ ਵੱਧ ਤੋਂ ਵੱਧ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਸਾਡੀ ਸਮਾਜ 'ਚ ਰਹਿੰਦੇ ਹੋਏ ਐਜ ਏ ਸਮਾਜਿਕ ਪ੍ਰਾਣੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ। ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਦੂਸਰਾ ਪੁਆਇੰਟ ਆ। ਜਦੋਂ ਆਪਾਂ ਆਪਣਾ ਆਲਾ ਦੁਆਲਾ ਸਾਫ਼ ਰੱਖਾਂਗੇ, ਆਪਣਾ ਗੁਆਂਢੀ ਆਪਦਾ ਆਲਾ ਦੁਆਲਾ ਸਾਫ਼ ਰੱਖੂਗਾ, ਕੁਦਰਤੀ ਤੌਰ 'ਤੇ ਇੱਕ ਨਰੋਏ ਅਤੇ ਚੰਗੇ ਸਮਾਜ ਦੀ, ਸਾਫ਼ ਸੁਥਰੇ ਸਮਾਜ ਦੀ ਜਿਹੜੀ ਸਿਰਜਣਾ ਹੋਊਗੀ। ਇਸ ਤਰ੍ਹਾਂ ਸਭ ਹਰ ਜਿਹੜਾ ਨਾਗਰਿਕ ਹੈ ਉਹਦਾ ਇਹ ਕਰਤੱਵ ਬਣਦਾ ਹੈਗਾ ਕਿ ਉਹ ਆਪਣਾ ਆਲਾ ਦੁਆਲਾ ਜਿਹੜਾ ਜੀ ਸਾਫ਼ ਰੱਖੇ। ਠੀਕ ਹੈ ਜੀ, ਤੀਸਰਾ ਜਿਹੜੇ ਬੱਚੋ ਆਪਣਾ ਆਊਗਾ ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ। ਆਪਾਂ ਨੂੰ ਪਤਾ ਹੀ ਹੈ ਕਿ ਲਗਾਤਾਰ ਸਮਾਜ ਦੇ ਵਿੱਚ ਨਿੱਤ ਨਵੀਂ ਬਿਮਾਰੀ ਜਿਹੜੀ ਜਨਮ ਲੈ ਰਹੀ ਹੈਗੀ, ਇਸ ਤਰ੍ਹਾਂ ਸਮਾਜ ਨੂੰ ਉਹ ਗੰਧਲਾ ਕਰ ਰਹੀ ਹੈਗੀ। ਇੱਕ ਨਾਗਰਿਕ ਦੇ ਤੌਰ 'ਤੇ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਆਪਾਂ ਆਪਦੇ ਵੱਲੋਂ ਹਰ ਹੀਲੇ ਹਰ ਕੋਸ਼ਿਸ਼ ਇਮਾਨਦਾਰੀ ਨਾਲ ਕਰੀਏ। ਠੀਕ ਹੈ ਜੀ, ਚੌਥਾ ਪੁਆਇੰਟ ਇਹਦੇ ਵਿੱਚ ਆਪਣਾ ਆ ਜੋ ਸਹਿਯੋਗ ਆ। ਆਪਾਂ ਪੰਜਾਬੀ ਦੀ ਇੱਕ ਕਹਾਵਤ ਸੁਣਦੇ ਹਾਂ ਕਿ ਬੰਦਾ ਬੰਦੇ ਦੀ ਦਾਰੂ ਹੈ। ਅੱਜ ਤੁਸੀਂ ਮੁਸ਼ਕਲ 'ਚ ਹੋਵੋਗੇ ਮੈਂ ਤੁਹਾਡੀ ਮਦਦ ਕਰੂੰਗਾ, ਕੱਲ੍ਹ ਨੂੰ ਤੁਸੀਂ ਮੁਸ਼ਕਲ 'ਚ ਹੋਵੋਗੇ ਅਤੇ ਮੈਂ ਤੁਹਾਡੀ ਸੋਰੀ ਮਦਦ ਕਰੂੰਗਾ, ਜਦੋਂ ਮੈਂ ਮੁਸ਼ਕਲ 'ਚ ਹੋਊਂ ਤੁਸੀਂ ਮੇਰੀ ਮਦਦ ਕਰੋਗੇ। ਇਸ ਤਰ੍ਹਾਂ ਮਤਲਬ ਸਹਿਯੋਗ ਹੈਗਾ ਜਿਹੜਾ ਇੱਕ ਆਪਣਾ ਜ਼ਿੰਮੇਵਾਰੀ ਬਣ ਜਾਂਦੀ ਹੈਗੀ। ਜਿਹੜੇ ਆਪਣੇ ਆਸੇ ਪਾਸੇ ਆਪਣੇ ਸਾਥੀ ਆ ਉਹਨਾਂ ਦਾ ਸਹਿਯੋਗ ਲਗਾਤਾਰ ਕਰੀਏ। ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣਾ। ਠੀਕ ਹੈ ਜੀ, ਕਿਸੇ 'ਤੇ ਵੀ ਮਤਲਬ ਕੋਈ ਦੁੱਖ ਹੈਗਾ ਉਹਦੇ ਵਿੱਚ ਸ਼ਾਮਿਲ ਹੋ ਕੇ ਆਪਾਂ ਸਾਂਝੀ ਭਾਈਵਾਲਤਾ ਦਾ ਜਿਹੜਾ ਸੰਦੇਸ਼ ਹੈ ਦੇ ਸਕਦੇ ਹਾਂ, ਤਾਂ ਜੋ ਸਮੁੱਚੀ ਮਨੁੱਖਤਾ ਜਿਹੜੀ ਚੰਗੇ ਰਾਹ ਪੈ ਸਕੇ। ਠੀਕ ਹੈ ਜੀ, ਇਹ ਆਪਣਾ ਤੀਸਰਾ ਪੁਆਇੰਟ ਜਿਹੜਾ ਪੂਰਾ ਹੋ ਗਿਆ ਜੀ, ਸਮਾਜ ਪ੍ਰਤੀ ਜਿਹੜੇ ਨਾਗਰਿਕ ਦੇ ਨੈਤਿਕ ਕਰਤੱਵ। ਚੌਥਾ, ਮਨੁੱਖਤਾ ਪ੍ਰਤੀ ਆਪਣੇ ਕੀ ਨੈਤਿਕ ਕਰਤੱਵ ਨੇ। ਕੋਈ ਭੇਦਭਾਵ ਨਾ ਕਰਨਾ, ਆਪਣੇ ਸਮਾਜ ਦੇ ਵਿੱਚ ਕੋਈ ਉੱਚਾ ਨੀਵਾਂ, ਗਰੀਬ ਅਮੀਰ, ਹੈ ਨਾ, ਅਤੇ ਉਸ ਤੋਂ ਇਲਾਵਾ ਕੋਈ ਮਤਲਬ ਰੰਗ ਦੇ ਆਧਾਰ 'ਤੇ, ਨਸਲਵਾਦ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ। ਸਭ ਨੂੰ ਇੱਕ ਮਨੁੱਖ ਦੀ ਤਰ੍ਹਾਂ ਦੇਖਣਾ ਚਾਹੀਦਾ ਹੈਗਾ, ਸਭ ਨਾਲ ਬਰਾਬਰ ਦਾ ਜਿਹੜਾ ਵਿਵਹਾਰ ਕਰਨਾ ਚਾਹੀਦਾ ਹੈ। ਦੂਸਰਾ ਨੰਬਰ ਆ ਗਿਆ ਆਪਣਾ ਗਰੀਬਾਂ ਦੀ ਸਹਾਇਤਾ। ਠੀਕ ਹੈ, ਤੁਸੀਂ ਗਰੀਬਾਂ ਦੀ ਸਹਾਇਤਾ ਸਿਰਫ ਪੈਸੇ ਨਾਲ ਨਹੀਂ ਕਰ ਸਕਦੀ। ਜੇ ਕੋਈ ਲੋੜਵੰਦ ਹੈਗਾ ਗਾ, ਉਸ ਕੋਲ ਕਿਤਾਬਾਂ ਲੈਣ ਜੋਗੇ ਪੈਸੇ ਨਹੀਂ ਹੈਗੇ, ਤੁਸੀਂ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਕੇ ਉਸ ਦੀ ਮਦਦ ਕਰ ਸਕਦੇ ਹੋਗੇ। ਕਿਸੇ ਮੰਗਤੇ ਨੂੰ ਤੁਸੀਂ ਖਾਣ ਪੀਣ ਲਈ ਪੈਸਿਆਂ ਨਾਲ ਉਸਨੂੰ ਕੋਈ ਖਵਾ ਪਿਆ ਦਿਓਗੇ, ਉਹ ਵੀ ਤੁਹਾਡੀ ਇੱਕ ਮਤਲਬ ਜ਼ਿੰਮੇਵਾਰੀ ਬਣ ਜਾਂਦੀ ਹੈ। ਕੋਈ ਗਰੀਬ ਆ ਉਹਦੀ ਮਦਦ ਕਰੋ, ਇਸ ਤਰ੍ਹਾਂ ਤੁਹਾਡੀ ਜਿਹੜੀ ਆਤਮਾ ਨੂੰ ਇੱਕ ਜਿਹੜੀ ਸੰਤੁਸ਼ਟੀ ਮਿਲੂਗੀ, ਤੁਹਾਡਾ ਨੈਤਿਕ ਕਰਤੱਵ ਜਿਹੜਾ ਪੂਰਾ ਹੋ ਜੂਗਾ। ਤੀਸਰਾ ਆਪਣਾ ਆ ਜੂਗਾ ਜੀ ਭਾਈਚਾਰਾ। ਆਪਸ ਵਿੱਚ ਭਾਈਚਾਰਾ ਜੇ ਰੱਖਾਂਗੇ ਤਾਂ ਇੱਕ ਵਧੀਆ ਸ਼ਾਂਤਮਈ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਆਪਾਂ ਫਿਰ ਹੀ ਕਰ ਸਕਦੇ ਹਾਂ। ਠੀਕ ਹੈ ਜੀ, ਚੌਥੇ ਨੰਬਰ 'ਤੇ ਆਪਣਾ ਆਜੂਗਾ ਕੱਟੜ ਰਾਸ਼ਟਰਵਾਦ ਤੋਂ ਉੱਪਰ ਉੱਠਣਾ। ਠੀਕ ਹੈ ਜੀ, ਇਤਿਹਾਸ ਗਵਾਏਗਾ ਬੱਚਿਓ, ਜਦੋਂ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਕੱਟੜ ਰਾਸ਼ਟਰਵਾਦ ਆਇਆ ਤਾਂ ਉਸ ਦੇਸ਼ ਦੀ ਜਿਹੜੀ ਤਬਾਹੀ ਹੀ ਹੋਈ ਹੈਗੀ। ਇਸ ਤਰ੍ਹਾਂ ਅੱਜ ਕੱਲ੍ਹ ਆਪਾਂ ਭਾਰਤ ਦੇ ਵਿੱਚ ਵੀ ਦੇਖਦੇ ਹਾਂਗੇ ਕਿ ਇੱਕ ਖਾਸ ਧਰਮ ਨੂੰ ਲੈ ਕੇ ਲਗਾਤਾਰ ਕੱਟੜਵਾਦਤਾ ਜਿਹੜੀ ਵੱਧਦੀ ਜਾ ਰਹੀ ਹੈਗੀ। ਤਾਂ ਕਰਕੇ ਮਤਲਬ ਭਾਰਤ ਦੇ ਨਾਗਰਿਕ ਦੇ ਹੋਣ ਦੇ ਨਾਤੇ ਤੁਹਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਰਾਸ਼ਟਰਵਾਦ ਦੇ ਜਿਹੜੀ ਕੱਟੜਤਾ ਉਹ ਤੋਂ ਉੱਪਰ ਉੱਠ ਕੇ ਆਪਾਂ ਇੱਕ ਅੰਤਰਰਾਸ਼ਟਰਵਾਦੀ ਜਿਹੜਾ ਆਪਣਾ ਵਿਊ ਹੈਗਾ, ਆਪਣਾ ਨਜ਼ਰੀਆ, ਉਸ ਨੂੰ ਬਣਾਈਏ। ਠੀਕ ਹੈ ਜੀ, ਸਰਬੱਤ ਦਾ ਭਲਾ ਲਾਸਟ ਆਪਣਾ ਪੰਜ ਆ ਜਾਂਦਾ ਹੈਗਾ। ਇਸ ਦੇ ਵਿੱਚ ਆਪਣੇ ਗੁਰੂ ਸਾਹਿਬਾਨ ਵੀ ਸਰਬੱਤ ਦਾ ਭਲਾ ਦਾ ਸੰਦੇਸ਼ ਜਿਹੜਾ ਆਪਾਂ ਨੂੰ ਦੇ ਕੇ ਗਏ ਨੇਗੇ ਕਿ ਦੁਨੀਆਂ ਦੇ ਵਿੱਚ ਕੋਈ ਵੀ ਮਨੁੱਖ ਹੈਗਾ ਉਸਦਾ ਆਪਾਂ ਨੂੰ ਭਲਾ ਹੀ ਸੋਚਣਾ ਚਾਹੀਦਾ ਹੈਗਾ। ਠੀਕ ਹੈ, ਇਸ ਤਰ੍ਹਾਂ ਜਿਹੜੇ ਆਪਣੇ ਮਤਲਬ ਨੈਤਿਕ ਕਰਤੱਵ ਜਿਨ੍ਹਾਂ ਨੂੰ ਆਪਾਂ ਅੱਗੇ ਚਾਰ ਭਾਗਾਂ ਦੇ ਵਿੱਚ ਵੰਡ ਕੇ ਕੀਤਾ ਸੀਗਾ, ਨੈਤਿਕ ਦੇ ਨਾਗਰਿਕ ਦੇ ਆਪਣੇ ਪ੍ਰਤੀ ਨੈਤਿਕ ਕਰਤੱਵ, ਫਿਰ ਆਪਾਂ ਕੀਤਾ ਸੀ ਉਸਦੇ ਪਰਿਵਾਰ ਪ੍ਰਤੀ ਜਿਹੜੇ ਨੈਤਿਕ ਕਰਤੱਵ ਹੈਗਾ, ਤੀਸਰੇ ਨੰਬਰ 'ਤੇ ਸਮਾਜ ਪ੍ਰਤੀ, ਚੌਥੇ ਨੰਬਰ 'ਤੇ ਆਪਾਂ ਜਿਹੜੇ ਮਨੁੱਖਤਾ ਪ੍ਰਤੀ ਉਸਦੇ ਨੈਤਿਕ ਕਰਤੱਵ ਨੇ ਉਹ ਕੀਤੇ ਨੇਗੇ। ਠੀਕ ਹੈ ਜੀ, ਦੂਸਰੇ ਨੰਬਰ 'ਤੇ ਆਪਣੇ ਕੋਲ ਜਿਹੜੇ ਆ ਜਾਂਦੇ ਆ ਜੀ ਕਾਨੂੰਨੀ ਕਰਤੱਵ। ਠੀਕ ਹੈ, ਕਾਨੂੰਨੀ ਕਰਤੱਵਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਂਦਾ ਹੈਗਾ ਜੀ ਰਾਜ ਪ੍ਰਤੀ ਵਫਾਦਾਰੀ। ਅੱਛਾ, ਜਿਹੜੇ ਕਾਨੂੰਨੀ ਕਰਤੱਵ ਨੇ ਹੁੰਦੇ ਕੀ ਹੈਗੇ, ਸਭ ਤੋਂ ਪਹਿਲਾਂ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਕਾਨੂੰਨੀ ਕਰਤੱਵ ਆ ਉਹਨਾਂ ਦੇ ਪਿੱਛੇ ਇੱਕ ਕਾਨੂੰਨੀ ਸ਼ਕਤੀ ਜਿਹੜੀ ਕੰਮ ਕਰਦੀ ਹੈ, ਕਹਿੰਦੇ ਆ ਭਾਵ ਜਿਹੜੇ ਵਿਅਕਤੀ ਲਈ ਉਹ ਮੰਨਣੇ ਜ਼ਰੂਰੀ ਹੁੰਦੇ ਨੇ। ਜੇ ਤੁਸੀਂ ਉਹ ਨਾ ਮੰਨੋਗੇ ਤਾਂ ਸਰਕਾਰ ਤੁਹਾਨੂੰ ਉਸ 'ਤੇ ਸਜ਼ਾ ਦੇ ਸਕਦੀ ਹੈ। ਜਿਵੇਂ ਤੁਹਾਡਾ ਇੱਕ ਕਾਨੂੰਨੀ ਜਿਹੜਾ ਕਰਤੱਵ ਹੈਗਾ, ਤੁਸੀਂ ਮਤਲਬ ਟੈਕਸਾਂ ਦੀ ਅਦਾਇਗੀ ਕਰਨੀ ਹੈ, ਜੇ ਤੁਸੀਂ ਟੈਕਸਾਂ ਦੀ ਅਦਾਇਗੀ ਨਹੀਂ ਕਰਦੇ ਤਾਂ ਤੁਹਾਨੂੰ ਉਸ 'ਤੇ ਸਜ਼ਾ ਦੇ ਭਾਗੀਦਾਰ ਤੁਸੀਂ ਬਣ ਸਕਦੇ ਹੋਗੇ। ਠੀਕ ਹੈ, ਅੱਗੇ
ਉੱਥੇ ਆਪਾਂ ਅਲੱਗ ਅਲੱਗ ਜਿਹੜੇ ਆਪਣੇ ਨੈਤਿਕ ਕਰਤੱਵ ਨੇ ਉਹ ਕਰਾਂਗੇ, ਜਿਹਦੇ ਵਿੱਚ ਪਹਿਲਾਂ ਆਪਣਾ ਆ ਜਾਂਦਾ ਜੀ ਰਾਜ ਪ੍ਰਤੀ ਵਫਾਦਾਰੀ। ਤੁਸੀਂ ਜਿਸ ਦੇਸ਼ ਦੇ ਨਾਗਰਿਕ ਹੋਗੇ ਉਸ ਪ੍ਰਤੀ ਵਫਾਦਾਰ ਹੋਣਾ ਤੁਹਾਡਾ ਇੱਕ ਮੁੱਢਲਾ ਕਰਤੱਵ ਬਣ ਜਾਂਦਾ ਹੈਗਾ, ਕਿਉਂਕਿ ਉਸ ਦੇਸ਼ ਵਿੱਚ ਰਹਿ ਕੇ ਹੀ ਆਪਾਂ ਆਪਣੇ ਅਧਿਕਾਰ ਮਾਣਦੇ ਹਾਂਗੇ, ਤਾਂ ਕਰਕੇ ਮਤਲਬ ਉਸ ਦੇਸ਼ ਪ੍ਰਤੀ ਜਿਹੜੀ ਵਫਾਦਾਰੀ ਹੈ ਸਾਡਾ ਇੱਕ ਕਰਤੱਵ ਬਣ ਜਾਂਦਾ। ਅਗਲਾ ਕਾਨੂੰਨਾਂ ਦੀ ਪਾਲਣਾ, ਦੇਖੋ ਕੋਈ ਵੀ ਸਰਕਾਰ ਹੈਗੀ ਕਾਨੂੰਨ ਬਣਾਉਂਦੀ ਕਿਉਂ ਹੈਗੀ, ਆਪਣੇ ਨਾਗਰਿਕਾਂ ਲਈ, ਤਾਂ ਕਿ ਉਹਦੇ ਨਾਗਰਿਕ ਸੁਰੱਖਿਅਤ ਰਹਿ ਸਕਣ। ਪਰ ਜੇਕਰ ਅਸੀਂ ਹੀ ਉਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਇੱਕ ਚੰਗਾ ਮਾਹੌਲ ਕਿਵੇਂ ਸਿਰਜਿਆ ਜਾ ਸਕਦਾ? ਤਾਂ ਕਰਕੇ ਨਾਗਰਿਕ ਦੇ ਤੌਰ 'ਤੇ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੀ ਸਰਕਾਰ ਹੈ ਜਿਹੜੇ ਵੀ ਕਾਨੂੰਨ ਬਣਾਉਂਦੀ ਅਸੀਂ ਉਹਨਾਂ ਦੀ ਪਾਲਣਾ ਕਰੀਏ। ਠੀਕ ਹੈ ਜੀ। ਤੀਸਰੇ ਨੰਬਰ 'ਤੇ ਆਪਣੇ ਕੋਲ ਆਜੂ ਬੱਚਿਓ ਸੰਵਿਧਾਨ ਦਾ ਸਨਮਾਨ। ਆਪਣੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੀ ਸਰਵਉੱਚ ਸ਼ਕਤੀ ਹੈ ਉਹ ਸੰਵਿਧਾਨ ਹੈਗੀ, ਸੰਵਿਧਾਨ ਦੇ ਵਿੱਚ ਲਿਖੀ ਹਰ ਚੀਜ਼ ਹੈਗੀ ਜਿਹੜੀ ਸਰਵਉੱਚ ਮੰਨੀ ਜਾਂਦੀ ਹੈਗੀ। ਇਸ ਤਰ੍ਹਾਂ ਉਸ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ, ਕਿਉਂਕਿ ਸੰਵਿਧਾਨ ਦੇ ਵਿੱਚ ਹੀ ਸਾਨੂੰ ਸਾਡੇ ਮੁੱਢਲੇ ਅਧਿਕਾਰ ਜਿਹੜੇ ਭਾਗ 3 ਦੇ ਵਿੱਚ ਆਰਟੀਕਲ 12 ਤੋਂ ਲੈ ਕੇ 35 ਤੱਕ ਆਪਾਂ ਨੂੰ ਦਿੱਤੇ ਗਏ ਨੇਗੇ। ਤਾਂ ਕਰਕੇ ਸਾਡੇ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਸ ਦੀ ਪਾਲਣਾ ਕਰੀਏ। ਚੌਥੇ ਨੰਬਰ 'ਤੇ ਆਪਣੇ ਕੋਲ ਆ ਜਾਂਦਾ ਜੀ ਰਾਸ਼ਟਰੀ ਝੰਡੇ ਦਾ ਸਤਿਕਾਰ, ਕਿਉਂਕਿ ਰਾਸ਼ਟਰੀ ਝੰਡਾ ਇੱਕ ਸਿਰਫ ਤਿਰੰਗਾ ਨਹੀਂਗਾ, ਉਸਦੇ ਪਿੱਛੇ ਇੱਕ ਇਤਿਹਾਸ ਹੈਗਾ ਕੁਰਬਾਨੀਆਂ ਦੀ ਜਿਹੜੀ ਇੱਕ ਦਾਸਤਾਂ ਹੈਗੀ। ਇਸ ਕਰਕੇ ਮਤਲਬ ਉਹਨੂੰ ਯਾਦ ਰੱਖਦੇ ਹੋਏ ਉਹਦੀ ਰਿਸਪੈਕਟ ਦੇ ਵਿੱਚ ਉਹਨੂੰ ਸਤਿਕਾਰ ਦਿੰਦੇ ਹੋਏ ਸਾਨੂੰ ਹਮੇਸ਼ਾ ਜਿਹੜਾ ਵਿਵਹਾਰ ਕਰਨਾ ਚਾਹੀਦਾ ਹੈਗਾ। ਠੀਕ ਹੈ ਜੀ। ਅਗਲਾ ਆ ਗਿਆ ਟੈਕਸਾਂ ਦੀ ਅਦਾਇਗੀ। ਦੇਖੋ ਬੱਚੋ, ਆਪਾਂ ਨਾ ਜਦੋਂ ਵੀ ਮਤਲਬ ਸਰਕਾਰ ਆਉਂਦੀ ਹੈਗੀ ਉਸ ਤੋਂ ਆਪਾਂ ਮੰਗਾਂ ਰੱਖਦੇ ਹਾਂਗੇ ਉਹਦੇ ਸਾਹਮਣੇ ਕਿ ਸਾਡੀ ਆਹ ਮੰਗ ਪੂਰੀ ਹੋਵੇ, ਸਾਨੂੰ ਸੁੱਖ ਸਹੂਲਤਾਂ ਮਿਲਣ, ਸਿਹਤ ਸਹੂਲਤਾਂ ਸਾਡੀਆਂ ਸਸਤੀਆਂ ਹੋਣ, ਸਿੱਖਿਆ ਸਸਤੀ ਹੋਵੇ, ਹੈ ਨਾ, ਮੁਫਤ ਹੋਵੇ। ਪਰ ਜਦੋਂ ਟੈਕਸਾਂ ਦੀ ਅਦਾਇਗੀ ਦੀ ਗੱਲ ਕਰਦੀ ਹੈ ਤਾਂ ਹਮੇਸ਼ਾ ਅਸੀਂ ਚੋਰ ਮੋਰੀਆਂ ਲੱਭਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂਗੇ। ਪਰ ਜੇ ਤੁਸੀਂ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਚਾਹੁੰਦੇ ਹੋ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਸਮੇਂ ਸਿਰ ਆਪਦੇ ਟੈਕਸਾਂ ਦੀ ਜਿਹੜੀ ਅਦਾਇਗੀ ਕਰਦੇ ਰਹੋ। ਠੀਕ ਹੈ। 6ਵੇਂ ਨੰਬਰ 'ਤੇ ਜਿਹੜਾ ਆਪਣਾ ਆ ਜਾਂਦਾ ਵੋਟ ਅਧਿਕਾਰ ਦਾ ਸਹੀ ਪ੍ਰਯੋਗ। ਆਪਾਂ ਦੇਖਦੇ ਹਾਂ ਅਕਸਰ ਸੁਣਦੇ ਵੀ ਆਪਣੇ ਪਿੰਡਾਂ 'ਚ ਖਾਸ ਕਰਕੇ ਕਿ ਜਿਹੜੇ ਗਰੀਬ ਤਬਕੇ ਦੇ ਲੋਕ ਨੇਗੇ ਜਿਹੜੀਆਂ ਵੋਟਾਂ ਆਪਦੀਆਂ ਵੇਚ ਦਿੰਦੇ ਹੈਗੇ, ਹੈ ਨਾ, ਪਿੱਛੋਂ ਆਪਾਂ ਮਤਲਬ ਵੋਟ ਵੇਚ ਕੇ ਉਸ ਤੋਂ ਬਾਅਦ ਸਰਕਾਰ ਨੂੰ ਨਿੰਦਦੇ ਹਾਂ ਕਿ ਲੀਡਰਾਂ ਨੂੰ ਨਿੰਦਦੇ ਹਾਂਗੇ ਕਿ ਇਹ ਚੰਗਾ ਨਹੀਂ, ਸਾਡੇ ਮਤਲਬ ਜਿਹੜਾ ਇਲਾਕਾ ਹੈ ਉਹਦੀ ਵਿਕਾਸ ਨਹੀਂ ਕਰ ਰਿਹਾ। ਪਰ ਉਹਦੇ ਲਈ ਕਿਤੇ ਨਾ ਕਿਤੇ ਅਸੀਂ ਸਿੱਧੇ ਜਾਂ ਸਿੱਧੇ ਰੂਪ 'ਚ ਖੁਦ ਜ਼ਿੰਮੇਵਾਰ ਹੁੰਦੇ ਹਾਂ ਜੇ ਅਸੀਂ ਆਪਦੀ ਵੋਟ ਦਾ ਪ੍ਰਯੋਗ ਕਰੀਏ ਔਰ ਉਸਨੂੰ ਸਹੀ ਢੰਗ ਨਾਲ ਪ੍ਰਯੋਗ ਕਰੀਏ, ਚੰਗੇ ਲੀਡਰਾਂ ਨੂੰ ਸਾਹਮਣੇ ਲਿਆਈਏ ਪੜ੍ਹੇ ਲਿਖਿਆਂ ਨੂੰ, ਤਾਂ ਕੁਦਰਤੀ ਤੌਰ 'ਤੇ ਸਾਡਾ ਦੇਸ਼, ਸਾਡਾ ਸੂਬਾ, ਸਾਡਾ ਇਲਾਕਾ ਤਰੱਕੀ ਕਰੂਗਾ। ਠੀਕ ਹੈ ਜੀ। ਅਗਲਾ ਆਪਣਾ ਆਜੂਗਾ ਸੈਨਿਕ ਸੇਵਾ। ਜਦੋਂ ਵੀ ਲੋੜ ਪੈਂਦੀ ਹੈ ਆਪਦੀ ਯੋਗਤਾ ਦੇ ਅਨੁਸਾਰ ਆਪਦੇ ਦੇਸ਼ ਵਾਸਤੇ ਸੈਨਿਕ ਸੇਵਾ ਦੇਣੀ ਵੀ ਤੁਹਾਡਾ ਇੱਕ ਜਿਹੜਾ ਹੈਗਾ ਕਰਤੱਵ ਬਣ ਜਾਂਦਾ ਹੈਗਾ। ਠੀਕ ਹੈ ਜੀ। ਕਾਨੂੰਨੀ ਕਰਤੱਵ ਜਿਹੜਾ ਤੁਹਾਡਾ ਬਣ ਜਾਂਦਾ। ਸਰਕਾਰ ਨੂੰ ਸਹਿਯੋਗ ਦੇਣਾ। ਤੁਹਾਨੂੰ ਪਤਾ ਕੋਈ ਸੰਸਥਾ ਹੈਗੀ ਉਸ ਦੇ ਵਿੱਚ ਕੋਈ ਇੱਕ ਬੰਦਾ ਕਦੇ ਵੀ ਉਸ ਸੰਸਥਾ ਨੂੰ ਨਹੀਂ ਚਲਾ ਸਕਦਾ। ਜੇ ਅਸੀਂ ਰਲ ਮਿਲ ਕੇ ਇੱਕ ਪਰਿਵਾਰ ਹੈਗਾ, ਇੱਕ ਪਰਿਵਾਰ ਨੂੰ ਚਲਾਉਣਾ, ਤਾਂ ਉਸ ਦੇ ਵਿੱਚ ਜਿੰਨੇ ਵੀ ਮੈਂਬਰ ਹੈ ਉਹਨਾਂ ਦੀ ਸਾਰਿਆਂ ਦੀ ਆਪੋ ਆਪਦੀ ਭੂਮਿਕਾ ਹੁੰਦੀ ਹੈਗੀ। ਕੋਈ ਪਰਿਵਾਰ ਦਾ ਇੱਕ ਮੋਢੀ ਸਾਰਾ ਜੇ ਆਪਾਂ ਕਹੀਏ ਪਰਿਵਾਰ ਨੂੰ ਸਫਲਤਾਪੂਰਵਕ ਨਹੀਂ ਚਲਾ ਸਕਦਾ। ਉਸੇ ਤਰ੍ਹਾਂ ਸਰਕਾਰ ਹੁੰਦੀ ਹੈ, ਜੇ ਸਰਕਾਰ ਦਾ ਉੱਥੋਂ ਦੇ ਲੋਕ ਹੀ ਸਹਿਯੋਗ ਨਹੀਂ ਕਰਨਗੇ ਤਾਂ ਤੁਹਾਨੂੰ ਪਤਾ ਹੈਗਾ ਦੇਸ਼ ਦਾ ਜਿਹੜਾ ਪ੍ਰਸ਼ਾਸਨ ਹੈ, ਦੇਸ਼ ਹੈਗਾ, ਚੰਗੇ ਭਵਿੱਖ ਵੱਲ ਕਦੇ ਵੀ ਨਹੀਂ ਜਾ ਸਕੂਗਾ। ਇਸ ਲਈ ਜਿਹੜੀ ਵੀ ਆਪਣੀ ਸਰਕਾਰ ਆਪਾਂ ਨੂੰ ਕਹਿੰਦੀ ਹੈਗੀ ਉਹ ਮੰਨਣਾ ਚਾਹੀਦਾ ਹੈਗਾ। ਅੱਜ ਕੱਲ੍ਹ ਤੁਹਾਨੂੰ ਪਤਾ ਬੱਚਿਓ ਕਰੋਨਾ ਦਾ ਟਾਈਮ ਚੱਲ ਰਿਹਾ ਹੈਗਾ, ਅਤੇ ਸਰਕਾਰ ਨੇ ਜਿਹੜੇ ਆਪਾਂ ਨੂੰ ਮਤਲਬ ਹਦਾਇਤਾਂ ਜਾਰੀ ਕੀਤੀਆਂ ਕਿ ਮਾਸਕ ਲਗਾ ਕੇ ਬਾਹਰ ਨਿਕਲੋ, ਉਹਨਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈਗੀ, ਤਾਂ ਜੋ ਮਤਲਬ ਅਸੀਂ ਛੇਤੀ ਇਸ ਜਿਹੜੀ ਭਿਆਨਕ ਬਿਮਾਰੀ ਤੋਂ ਖਹਿੜਾ ਛੁਡਾ ਕੇ ਜਾਂ ਇਹਨੂੰ ਪਿੱਛੇ ਧੱਕ ਕੇ ਅੱਗੇ ਵੱਧ ਸਕੀਏ। ਠੀਕ ਹੈ ਜੀ। ਅਗਲਾ ਆਪਣਾ ਆ ਗਿਆ ਜਨਤਕ ਸੰਪਤੀ ਦੀ ਰਾਖੀ ਕਰਨੀ। ਆਪਾਂ ਦੇਖਦੇ ਹਾਂਗੇ ਅਖਬਾਰਾਂ ਦੇ ਵਿੱਚ, ਪੜ੍ਹਦੇ ਵੀ ਹਾਂਗੇ ਕਿ ਵੱਖ ਵੱਖ ਜਦੋਂ ਹੜਤਾਲਾਂ ਹੁੰਦੀਆਂ, ਹਿੰਸਾ ਹੁੰਦੀ ਹੈ, ਉਹਦੇ ਵਿੱਚ ਸਰਕਾਰੀ ਵਾਹਨ ਹੈ, ਸਰਕਾਰੀ ਇਮਾਰਤਾਂ ਹੈ, ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈਗਾ, ਹੈ ਨਾ, ਅਤੇ ਉਸ ਦੇ ਵਿੱਚ ਜਿਹੜਾ ਮਤਲਬ ਆਪਾਂ ਕਿਤੇ ਨਾ ਕਿਤੇ ਸਮਝਦੇ ਹਾਂ ਕਿ ਇਹ ਸਰਕਾਰ ਨੂੰ ਘਾਟਾ ਹੈ, ਪਰ ਉੱਥੇ ਯਾਦ ਰੱਖਿਆ ਕਰੋ ਕਿ ਤੁਸੀਂ ਹਰ ਇੱਕ ਚੀਜ਼ 'ਤੇ ਜਿਹੜਾ ਟੈਕਸ ਦਿੰਦੇ ਹੋਗੇ ਉਹ ਸਰਕਾਰ ਨੂੰ ਨਹੀਂ, ਉਸਦਾ ਜਿਹੜਾ ਬੋਝ ਹੈਗਾ ਉਹ ਜਿਹੜਾ ਤੁਹਾਡੇ ਤੋਂ ਕਿਤੇ ਨਾ ਕਿਤੇ ਅੱਗੇ ਟੈਕਸ ਦੇ ਰੂਪ 'ਚ, ਮਹਿੰਗਾਈ ਦੇ ਰੂਪ 'ਚ ਜਿਹੜਾ ਤੁਹਾਡੀਆਂ ਜੇਬਾਂ 'ਚੋਂ ਜਾਂਦਾ। ਇਸ ਕਰਕੇ ਮਤਲਬ ਐਜ਼ ਏ ਨਾਗਰਿਕ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਸਾਡਾ ਕਰਤੱਵ ਬਣ ਜਾਂਦਾ ਕਿ ਜਿਹੜੇ ਵੀ ਜਿੰਨੇ ਵੀ ਜਨਤਕ ਸੰਪਤੀ ਹੈ ਉਹਦੀ ਆਪਾਂ ਨੂੰ ਰੱਖਿਆ ਕਰਨੀ ਚਾਹੀਦੀ ਹੈ। ਠੀਕ ਹੈ। ਇਸ ਤਰ੍ਹਾਂ ਜਿਹੜਾ ਆਪਣਾ ਕਾਨੂੰਨੀ ਕਰਤੱਵ ਨੇ ਉਹ ਵੀ ਇੱਥੇ ਪੂਰੇ ਹੁੰਦੇ ਨੇਗੇ, ਜਿਹੜਿਆਂ ਦੀ ਆਪਾਂ ਇਕੱਲੇ ਇਕੱਲੇ ਪੁਆਇੰਟ ਦੀ ਅੱਗੇ ਵਿਆਖਿਆ ਵੀ ਕੀਤੀ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਊ। ਅਗਲੇ ਆਪਣੇ ਆ ਗਏ ਜੀ ਮੌਲਿਕ ਕਰਤੱਵ। ਮੌਲਿਕ ਕਰਤੱਵ ਕਿਹੜੇ ਹੁੰਦੇ ਨੇਗੇ? ਇਹ ਉਹ ਕਰਤੱਵ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਵੀ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈਗਾ। ਠੀਕ ਹੈ। ਇਹ ਵਿਅਕਤੀ ਦੇ ਆਪਦੇ ਵਿਕਾਸ ਲਈ ਅਤੇ ਸਮਾਜ ਦੇ ਕਲਿਆਣ ਲਈ ਜਿਹੜੇ ਬਹੁਤ ਜ਼ਰੂਰੀ ਹੁੰਦੇ ਨੇਗੇ। ਠੀਕ ਹੈ ਜੀ। ਇਹ ਦੇਸ਼ ਦਾ ਜਿਹੜਾ ਸਰਵਉੱਚ ਕਾਨੂੰਨ ਹੈ ਜਿਹਨੂੰ ਆਪਾਂ ਸੰਵਿਧਾਨ ਕਹਿੰਦੇ ਹਾਂ ਉਹਦੇ ਵਿੱਚ ਇਹ ਸ਼ਾਮਿਲ ਕੀਤੇ ਜਾਂਦੇ ਹੈਗੇ। ਆਮ ਤੌਰ 'ਤੇ ਕੀ ਦੇਖਿਆ ਜਾਂਦਾ ਹੈਗਾ ਕਿ ਚੀਨ ਵਰਗੇ ਜਾਂ ਰੂਸ ਦੇ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵਾਂ ਨੂੰ ਜਿਹੜਾ ਸ਼ਾਮਿਲ ਕੀਤਾ ਗਿਆ, ਪਰ ਲੋਕਤੰਤਰੀ ਕਈ ਦੇਸ਼ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਉਹ ਸਮਝ ਲੈਂਦੇ ਆ
ਕਰਤੱਬ ਨੇ ਜਿਹੜੇ ਆਟੋਮੈਟਿਕ ਸ਼ਾਮਲ ਹੋ ਗਏ। ਭਾਰਤ ਦਾ ਜਿਹੜਾ ਮੁੱਢਲਾ ਸੰਵਿਧਾਨ ਸੀ ਉਸ ਦੇ ਵਿੱਚ ਵੀ ਜਿਹੜੇ ਮੁੱਢਲੇ ਅਧਿਕਾਰ ਆਪਣੇ ਹੈਗੇ ਸੀਗੇ, ਪਰ ਜਿਹੜੇ ਮੌਲਿਕ ਕਰਤੱਬ ਨਹੀਂ ਹੈਗੇ ਸੀਗੇ। ਪਰ ਛੇਤੀ ਜੀ ਉਸ ਗਲਤੀ ਨੂੰ ਸੁਧਾਰਦੇ ਹੋਏ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ 42ਵੀਂ ਸੋਧ ਹੋਈ ਸੀ 1976 ਦੇ ਵਿੱਚ, ਉਸ ਦੇ ਵਿੱਚ 10 ਕਰਤੱਬਾਂ ਨੂੰ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਭਾਗ 4A ਬਣਾ ਕੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਦਸੰਬਰ 2002 ਦੇ ਵਿੱਚ 86ਵੀਂ ਸੋਧ ਦੁਆਰਾ ਜਿਹੜਾ ਆਪਣਾ 11ਵਾਂ ਕਰਤੱਬ ਹੈਗਾ ਉਸਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਦੇ ਵਿੱਚ ਮਾਤਾ ਪਿਤਾ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰ ਸਕਣ, ਠੀਕ ਹੈ। ਇਸ ਦੇ ਵਿੱਚ ਜਿਹੜੇ 11 ਕਰਤੱਬ ਨੇ ਗੇ ਉਹ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਨੂੰ ਆਪਾਂ ਮੌਲਿਕ ਕਰਤੱਬ ਕਹਿੰਦੇ ਹਾਂ, ਠੀਕ ਹੈ ਜੀ। ਇਹ ਤਾਂ ਆਪਣੇ ਜਿਹੜੇ ਹੋ ਗਏ ਕਰਤੱਬ, ਉਸਦਾ ਅਰਥ ਹੋ ਗਿਆ ਅਤੇ ਅੱਗੇ ਉਸਦਾ ਵਰਗੀਕਰਨ ਹੋ ਗਿਆ, ਠੀਕ ਹੈ ਜੀ। ਜਿਹੜਾ ਆਪਣਾ ਅਗਲਾ ਪੁਆਇੰਟ ਬੱਚੋ ਹੈਗਾ ਗਾ ਉਹ ਹੈਗਾ ਗਾ ਅਤੇ ਅਧਿਕਾਰ ਅਤੇ ਕਰਤੱਬ ਹੈ ਜਿਨ੍ਹਾਂ ਦੇ ਉਹਨਾਂ ਦੇ ਆਪਸ ਮੇਂ ਸੰਬੰਧ ਹੈ, ਠੀਕ ਹੈ ਜੀ। ਇਸ ਪਾਠ ਦੇ ਵਿੱਚੋਂ ਅਲੱਗ ਅਲੱਗ ਸਮੇਂ 3 ਕੁਸ਼ਚਨ ਬਣਦੇ ਰਹੇ ਨੇ ਗੇ, ਜਿਨ੍ਹਾਂ ਦੇ ਵਿੱਚੋਂ ਪਹਿਲਾਂ ਤੁਹਾਨੂੰ ਆਉਂਦਾ ਹੁੰਦਾ ਹੈਗਾ ਕਿ ਅਧਿਕਾਰ, ਉਸਦਾ ਅਰਥ ਦੱਸੋ, ਉਸਦੀਆਂ ਵਿਸ਼ੇਸ਼ਤਾਵਾਂ ਦੱਸੋ, ਜਾਂ ਉਹਦਾ ਵਰਗੀਕਰਨ ਆ ਜਾਂਦਾ। ਦੂਸਰਾ ਆ ਜਾਂਦਾ ਕਰਤੱਬ ਅਤੇ ਉਸਦਾ ਵਰਗੀਕਰਨ ਜਾਂ ਉਸਦੀਆਂ ਕਿਸਮਾਂ, ਠੀਕ ਹੈ। ਤੀਸਰਾ ਜਿਹੜਾ ਮਤਲਬ 2018 ਦੇ ਪੇਪਰ 'ਚ ਆਪਾਂ ਨੂੰ ਆਇਆ ਸੀਗਾ ਕਿ ਅਧਿਕਾਰ ਅਤੇ ਕਰਤੱਬ ਇੱਕ ਸਿੱਕੇ ਦੇ ਦੋ ਪਹਿਲੂ ਹੈ ਜੀ, ਵਿਆਖਿਆ ਕਰੋ, ਠੀਕ ਹੈ। ਉਹਦੇ ਵਿੱਚ ਮਤਲਬ ਅਧਿਕਾਰ ਅਤੇ ਕਰਤੱਬਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈਗਾ ਉਹ ਜਿਹੜਾ ਮਤਲਬ ਵਿਆਖਿਆ ਕਰਾਂਗੇ ਆਪਾਂ। ਇਹ ਇੱਕ ਸਿੱਕੇ ਦੇ ਦੋ ਪਹਿਲੂ ਹੈ, ਕਿਵੇਂ ਹੈਗੇ ਉਹਨੂੰ ਆਪਾਂ ਅੱਗੇ ਜਾਣਦੇ ਹਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕਰਾਂਗੇ ਕਿ ਅਧਿਕਾਰ ਅਤੇ ਜਿਹੜੇ ਕਰਤੱਬ ਨੇ ਨਾਲ ਨਾਲ ਚੱਲਦੇ ਨੇਗੇ, ਠੀਕ ਹੈ। ਕਹਿਣ ਦਾ ਭਾਵ ਜੇ ਅਧਿਕਾਰ ਅਤੇ ਕਰਤੱਬ ਇੱਕ ਸਿੱਕੇ ਦੇ ਦੋ ਪਹਿਲੂ ਹੈ, ਜਿੱਥੇ ਅਧਿਕਾਰ ਹੈ ਉੱਥੇ ਕਰਤੱਬ ਕੁਦਰਤੀ ਤੌਰ 'ਤੇ ਉਹਦੇ ਨਾਲ ਆ ਕੇ ਜੁੜ ਜਾਂਦਾ ਹੈਗਾ। ਤੁਹਾਨੂੰ ਮੈਂ ਸੌਖੇ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਜਿਵੇਂ ਆਪਾਂ ਸਰਕਾਰ ਤੋਂ ਸਹੂਲਤਾਂ ਦੀ ਮੰਗ ਕਰਦੇ ਹਾਂਗੇ, ਹੈ ਨਾ। ਆਪਾਂ ਪਹਿਲਾਂ ਵੀ ਇਹ ਚੀਜ਼ ਡਿਸਕਸ ਕਰ ਚੁੱਕੇ ਹਾਂ ਕਿ ਸਾਨੂੰ ਮੁਫਤ ਸਿੱਖਿਆ ਦੇਵੇ, ਚੰਗੀਆਂ ਸਿਹਤ ਸਹੂਲਤਾਂ ਮਿਲਣ, ਠੀਕ ਹੈ। ਇਹ ਕੀ ਆਪਣੀ ਮੰਗ ਹੈਗੀ, ਆਪਣਾ ਅਧਿਕਾਰ ਬਣ ਜਾਂਦਾ ਹੈਗਾ, ਪਰ ਨਾਲ ਦੀ ਨਾਲ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਰਕਾਰ ਆਪਣੀ ਜੇਬ 'ਚੋਂ ਤਾਂ ਸਰਕਾਰ ਨੇ ਦੇਣਾ ਨਹੀਂ, ਉਹਨੇ ਉਹ ਸਿੱਖ ਸਹੂਲਤਾਂ ਦੇਣੀਆਂ ਕਿੱਥੋਂ, ਆਪਣੇ ਟੈਕਸਾਂ ਤੋਂ, ਠੀਕ ਹੈ। ਤਾਂ ਨਾਗਰਿਕ ਦੇ ਤੌਰ 'ਤੇ ਨਾਲ ਦੀ ਨਾਲ ਸਾਡੀ ਕਰਤੱਬ ਬਣ ਜਾਂਦਾ, ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਮੇਂ ਸਿਰ ਆਪਣੇ ਟੈਕਸਾਂ ਦੀ ਅਦਾਇਗੀ ਕਰੀਏ, ਠੀਕ ਹੈ। ਇਸ ਤਰ੍ਹਾਂ ਕੀ ਬਣ ਜੂਗਾ ਜਿਹੜਾ ਆਪਾਂ ਆਪਾਂ ਮੰਗ ਕਰਦੇ ਹਾਂਗੇ, ਆਪਣਾ ਅਧਿਕਾਰ ਹੈਗਾ ਕਿ ਆਪਾਂ ਮਤਲਬ ਵੋਟ ਦੇਈਏ, ਠੀਕ ਹੈ। ਵੋਟ ਦਾ ਅਧਿਕਾਰ ਮਿਲਿਆ, ਪਰ ਕਰਤੱਬ ਕੀ ਬਣ ਜਾਂਦਾ ਕਿ ਉਸ ਵੋਟ ਦਾ ਸਹੀ ਪ੍ਰਯੋਗ ਕਰੀਏ। ਇਸ ਤਰ੍ਹਾਂ ਮਤਲਬ ਜਿਹੜੇ ਅਧਿਕਾਰ ਅਤੇ ਕਰਤੱਬ ਹੈਗੇ ਉਹ ਜੀ ਨਾਲ ਨਾਲ ਜਿਹੜੇ ਚੱਲਦੇ ਰਹਿੰਦੇ ਨੇਗੇ, ਠੀਕ ਹੈ ਜੀ। ਅਗਲਾ ਆਪਣਾ ਕੀ ਆਊਗਾ ਜੀ, ਕਹਿੰਦਾ ਮੇਰਾ ਅਧਿਕਾਰ ਦੂਸਰਿਆਂ ਦਾ ਕਰਤੱਬ ਹੈ, ਠੀਕ ਹੈ। ਜਿਹੜਾ ਮੇਰਾ ਅਧਿਕਾਰ ਹੈ ਦੂਸਰਿਆਂ ਦਾ ਕੀ ਹੈ, ਕਰਤੱਬ ਹੈਗਾ। ਮਤਲਬ ਮੈਨੂੰ ਕੋਈ ਅਧਿਕਾਰ ਮਿਲਿਆ ਹੋਇਆ, ਉਹ ਤੁਹਾਡੀ ਜ਼ਿੰਮੇਵਾਰੀ ਮਿਲ ਜਾਂਦੀ ਕਿ ਮੈਨੂੰ ਮੇਰਾ ਅਧਿਕਾਰ ਪੂਰੀ ਤਰ੍ਹਾਂ ਮਾਣਨਾ ਦਿੱਤਾ ਜਾਵੇ। ਜਿਵੇਂ ਮੈਨੂੰ ਮਿਲਿਆ ਹੋਇਆ ਜੀਵਨ ਦਾ ਅਧਿਕਾਰ, ਤਾਂ ਦੂਸਰੇ ਨਾਗਰਿਕਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਮੈਨੂੰ ਮੇਰੀ ਨਿੱਜੀ ਜ਼ਿੰਦਗੀ ਆਪਦੇ ਹਿਸਾਬ ਨਾਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਜਿਉਣ ਦੀ ਮਤਲਬ ਖੁੱਲ੍ਹ ਦਿੱਤੀ ਜਾਵੇ, ਉਸਦੇ ਵਿੱਚ ਕੋਈ ਬਾਹਰਲਾ ਬੰਦਾ ਇੰਟਰਫੇਰੈਂਸ ਨਾ ਕਰੇ, ਠੀਕ ਹੈ। ਇਸ ਤਰ੍ਹਾਂ ਕੀ ਮਤਲਬ ਜਿਹੜਾ ਇੱਕ ਬੰਦਾ ਵਿਅਕਤੀ ਦਾ, ਇੱਕ ਨਾਗਰਿਕ ਦਾ ਜਿਹੜਾ ਅਧਿਕਾਰ ਹੈ ਦੂਸਰੇ ਨਾਗਰਿਕ ਦਾ, ਉਹ ਕਰਤੱਬ ਬਣ ਜਾਂਦਾ ਹੈਗਾ, ਠੀਕ ਹੈ। ਜਿਹੜਾ ਮੇਰਾ ਅਧਿਕਾਰ ਉਹ ਮੇਰਾ ਕਰਤੱਬ ਵੀ ਹੈਗਾ, ਠੀਕ ਹੈ। ਜੇ ਮੈਂ ਅਧਿਕਾਰ ਮੰਗਦਾ ਕਿ ਮੈਨੂੰ ਚੰਗਾ ਜੀਵਨ ਮਿਲੇ, ਤਾਂ ਮੇਰਾ ਉਹ ਕਰਤੱਬ ਵੀ ਹੈ ਕਿ ਮੈਂ ਦੂਸਰਿਆਂ ਨੂੰ ਵੀ ਮਤਲਬ ਉਹਨਾਂ ਦਾ ਜੀਵਨ ਉਸ ਢੰਗ ਨਾਲ ਜਿਉਣ ਦੇਵਾਂ। ਜੇ ਮੈਂ ਸੋਚਾਂ ਕਿ ਮੈਨੂੰ ਤਾਂ ਮੇਰੇ ਮਤਲਬ ਨਿੱਜੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀ ਸੁਤੰਤਰਤਾ ਹੋਵੇ, ਪਰ ਮੈਂ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਰੈਂਸ ਕਰਾਂ, ਇਹ ਕਿਸੇ ਵੀ ਐਂਗਲ ਤੋਂ ਸਹੀ ਨਹੀਂ ਹੋਊਗਾ, ਹੈ ਨਾ। ਮਤਲਬ ਇਸ ਤਰ੍ਹਾਂ ਕੀ ਹੈ, ਮੇਰਾ ਅਧਿਕਾਰ ਹੈ ਜਿਹੜਾ, ਮੇਰਾ ਕਰਤੱਬ ਵੀ ਬਣ ਜਾਂਦਾ ਹੈਗਾ ਜੀਓ ਅਤੇ ਜਿਉਣ ਦਿਓ ਦੀ ਜਿਹੜੀ ਪੋਲਿਸੀ 'ਤੇ ਆਪਾਂ ਕੰਮ ਕਰਦੇ ਹੈਗੇ, ਠੀਕ ਹੈ। ਅਧਿਕਾਰ ਦਾ ਪ੍ਰਯੋਗ ਕਹਿੰਦਾ ਸਮਾਜ ਭਲਾਈ ਲਈ ਕੀਤਾ ਜਾਂਦਾ ਹੈ। ਦੇਖੋ, ਰਾਜ ਇੱਕ ਨਾਗਰਿਕ ਨੂੰ ਅਧਿਕਾਰ ਦਿੰਦਾ ਕਿਉਂ ਹੈ, ਕਿ ਉਹ ਆਪਦੇ ਆਪ ਦਾ ਸਰਬਪੱਖੀ ਵਿਕਾਸ ਕਰ ਸਕੇ। ਜਦੋਂ ਉਹ ਸਰਬਪੱਖੀ ਵਿਕਾਸ ਕਰਕੇ ਇੱਕ ਪੜ੍ਹਿਆ ਲਿਖਿਆ ਨਾਗਰਿਕ ਬਣੂਗਾ, ਤਾਂ ਕੁਦਰਤੀ ਤੌਰ 'ਤੇ ਉਹ ਆਪਣੇ ਜਿਹੜੇ ਸਿੱਖਿਆ ਦਾ ਪ੍ਰਯੋਗ ਹੈ ਸਮਾਜ ਭਲਾਈ ਲਈ ਕਰੂਗਾ, ਠੀਕ ਹੈ। ਇਸ ਲਈ ਜਿਹੜਾ ਅਧਿਕਾਰ ਦਾ ਪ੍ਰਯੋਗ ਹੈ ਉਹ ਸਮਾਜ ਭਲਾਈ ਲਈ ਕੀਤਾ ਜਾਂਦਾ, ਠੀਕ ਹੈ। ਪੰਜਵਾਂ ਪੁਆਇੰਟ ਆਪਣਾ ਆਊਗਾ ਜੀ, ਰਾਜ ਪ੍ਰਤੀ ਕਰਤੱਬ, ਠੀਕ ਹੈ। ਇੱਕ ਚੀਜ਼ ਆ ਤੁਸੀਂ ਧਿਆਨ 'ਚ ਰੱਖੋ ਕਿ ਆਪਾਂ ਜਿਹੜੇ ਅਧਿਕਾਰ ਹੈਗੇ ਉਹ ਆਪਾਂ ਨੂੰ ਕੌਣ ਦਿੰਦਾ ਹੈਗਾ, ਅਧਿਕਾਰ ਲਾਗੂ ਕੌਣ ਕਰਦਾ, ਉਹ ਕਰਦਾ ਹੈਗਾ ਜੀ ਰਾਜ, ਠੀਕ ਹੈ। ਆਪਾਂ ਇੱਕ ਰਾਜ ਦੇ ਵਿੱਚ, ਇੱਕ ਦੇਸ਼ ਦੇ ਵਿੱਚ ਰਹਿ ਕੇ ਆਪਣੇ ਅਧਿਕਾਰ ਮਾਣ ਸਕਦੇ ਹਾਂਗੇ, ਠੀਕ ਹੈ। ਇਸ ਤਰ੍ਹਾਂ ਸਾਡਾ ਵੀ ਜਿਹੜੇ ਉਸ ਦੇਸ਼ ਪ੍ਰਤੀ ਕੁਛ ਕਰਤੱਬ ਬਣ ਜਾਂਦੇ, ਕੁਛ ਜ਼ਿੰਮੇਵਾਰੀਆਂ ਬਣ ਜਾਂਦੀਆਂ ਹੈਗੀਆਂ, ਤਾਂ ਕਰਕੇ ਮਤਲਬ ਰਾਜ ਪ੍ਰਤੀ ਕਰਤੱਬ ਹੈਗੇ ਜਿਹੜੇ, ਮਤਲਬ ਉਹਦੀ ਸਾਨੂੰ ਜ਼ਿੰਮੇਵਾਰੀ ਹੈਗੀ ਜਿਹੜੀ ਉਹ ਪੂਰੀ ਕਰਨੀ ਚਾਹੀਦੀ ਹੈਗੀ, ਠੀਕ ਹੈ ਜੀ। ਅਗਲਾ ਆਪਣਾ ਆਜੂਗਾ ਕਿ ਕਰਤੱਬ ਤੋਂ ਬਿਨਾਂ ਅਧਿਕਾਰ ਨੇ ਜਿਹੜੇ ਸ਼ਕਤੀ ਮਾਤਰ ਨੇਗੇ, ਠੀਕ ਹੈ। ਇਸ ਦੇ ਵਿੱਚ ਫਿਰ ਇਨਡਾਇਰੈਕਟ ਵੇ ਨਾਲ ਇਹੀ ਗੱਲ ਆਖੀ ਗਈ ਹੈ ਅਤੇ ਅਧਿਕਾਰ ਅਤੇ ਕਰਤੱਬ ਹੈਗੇ ਜਿਹੜੇ ਇਕੱਠੇ ਇਕੱਠੇ ਚੱਲਦੇ ਨੇਗੇ, ਕਿ ਕਰਤੱਬ ਤੋਂ ਬਿਨਾਂ ਅਧਿਕਾਰ ਸ਼ਕਤੀ ਮਾਤਰ ਹੈ। ਜੇ ਕਿਸੇ ਵੀ ਦੇਸ਼ 'ਚ ਜਿਹੜੇ ਨਾਗਰਿਕ ਆ ਉੱਥੋਂ ਦੇ, ਉਹਨਾਂ ਨੂੰ ਸਿਰਫ ਸ਼ਕਤੀ ਅਧਿਕਾਰ ਦਿੱਤੇ ਜਾਣਗੇ, ਤਾਂ ਉਹ ਮਤਲਬ ਤੁਹਾਨੂੰ ਪਤਾ ਹੈਗਾ ਪੂਰੀ ਤਰ੍ਹਾਂ ਸ਼ਕਤੀ 'ਤੇ ਆਧਾਰਿਤ ਹੋਣਗੇ, ਕਿਉਂਕਿ ਜੇ ਉਹਨਾਂ 'ਚ ਇੱਕ ਬੈਲੈਂਸ ਰੱਖਣਾ ਹੈਗਾ, ਤਾਂ ਨਾਲ ਦੇ ਅਧਿਕਾਰ ਦੇ ਨਾਲ ਨਾਲ ਕਰਤੱਬਾਂ ਦੀ ਵੀ ਜੇ ਪਾਲਣਾ ਜ਼ਰੂਰੀ ਹੈ।
ਇਸ ਤਰ੍ਹਾਂ ਜਿਹੜਾ ਆਪਣਾ ਦੂਸਰਾ ਕੁਐਸਚਨ ਅੱਜ ਦਾ ਬਣਦਾ ਸੀ ਕਿ ਅਧਿਕਾਰ ਅਤੇ ਕਰਤੱਵ ਉਹਨਾਂ ਦੇ ਆਪਸ ਵਿੱਚ ਕੀ ਸੰਬੰਧ ਨੇਗੇ, ਉਹ ਇੱਕ ਸਿੱਕੇ ਦੇ ਪਹਿਲੂ ਨੇ ਕਿਵੇਂ ਨੇਗੇ, ਉਹ ਆਪਾਂ ਅੱਗੇ ਪੁਆਇੰਟਾਂ ਦੇ ਵਿੱਚ ਕੀਤਾ ਜਿਹਦੇ ਵਿੱਚ ਆਪਾਂ ਦੱਸਿਆ ਗਿਆ ਕਿ ਅਧਿਕਾਰ ਅਤੇ ਕਰਤੱਵ ਨਾਲ ਨਾਲ ਚੱਲਦੇ ਨੇਗੇ। ਜਿਹੜਾ ਮੇਰਾ ਅਧਿਕਾਰ ਹੈ ਉਹ ਦੂਜਿਆਂ ਦਾ ਕਰਤੱਵ ਬਣ ਜਾਂਦਾ, ਜਿਹੜਾ ਮੇਰਾ ਖੁਦ ਦਾ ਅਧਿਕਾਰ ਆ ਉਹ ਮੇਰਾ ਵੀ ਕਰਤੱਵ ਹੈ ਕਿ ਮੈਂ ਵੀ ਮਤਲਬ ਦੂਸਰੇ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਕੋਈ ਇੰਟਰਫੇਰੈਂਸ ਨਾ ਕਰਾਂ। ਅਗਲਾ ਆਪਾਂ ਕੀਤਾ ਸੀ ਅਧਿਕਾਰ ਦਾ ਪ੍ਰਯੋਗ ਸਮਾਜ ਭਲਾਈ ਲਈ ਕੀਤਾ ਜਾਂਦਾ ਹੈਗਾ, ਰਾਜ ਪ੍ਰਤੀ ਕੁਛ ਕਰਤੱਵ ਬਣ ਜਾਂਦੇ ਆ। ਲਾਸਟ ਦੇ ਵਿੱਚ ਆਪਾਂ ਕਰਤੱਵ ਤੋਂ ਬਿਨਾਂ ਅਧਿਕਾਰ ਸ਼ਕਤੀ ਮਾਤਰ ਨੇ ਇਸ ਦੀ ਵਿਆਖਿਆ ਕੀਤੀ ਸੀ। ਇਸ ਤਰ੍ਹਾਂ ਜਿਹੜਾ ਆਪਣਾ ਅਧਿਕਾਰ ਅਤੇ ਕਰਤੱਵਾਂ ਦਾ ਟੋਪਿਕ ਹੈਗਾ ਉਹ ਬੱਚਿਓ ਕੰਪਲੀਟ ਹੁੰਦਾ ਹੈਗਾ। ਜੇ ਕਿਸੇ ਨੂੰ ਵੀ ਇਸ ਪ੍ਰਤੀ ਸਮੱਸਿਆ ਕੋਈ ਵੀ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈਗਾ। ਥੈਂਕ ਯੂ।